ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਡਾਕਟਰ ਸ਼ਾਮਸੁੰਦਰ ਗੋਇਲ ਐਮਬੀਬੀਐਸਐਮਡੀ ਕਾਇਕਲ ਬਲੇਜ਼ਰ ਕਲੀਨਿਕ ਬਠਿੰਡਾ ਰੂਰ ਸ਼੍ਰੀ ਮੁਕਸੇ ਸਾਹਿਬ ਤੋਂ ਤੁਹਾਡੇ ਰੂਬਰੂ ਹਾਂ ਸੋ ਅੱਜ ਮੈਂ ਤੁਹਾਨੂੰ ਇੱਕ ਜਾਣਕਾਰੀ ਸੀ ਇਹਦੇ ਬਾਰੇ ਜਾਣਕਾਰੀ ਦੇਣਾ ਪਸੰਦ ਕਰਾਂਗਾ ਕਿ ਲੇਜ਼ਰ ਦੇ ਨਾਲ ਆਪਾਂ ਵਾਲ ਹਟਾਈਏ ਕਿ ਨਾਂ ਹਟਾਈਏ ਸੋ ਪਹਿਲਾਂ ਤਾਂ ਆਪਾਂ ਲੇਜ਼ਰ ਲੇਜ਼ਰ ਤੋਂ ਬਿਨਾ ਆਪਾਂ ਬਾਲਾਂ ਦੇ ਸੋ ਗੱਲ ਕਰਦੇ ਹਾਂ ਜਿਵੇਂ ਆਪਣੇ ਟੈਂਪੋਰੀ ਮੈਥਡ ਹੁੰਦੇ ਆ ਜਿਵੇਂ ਕਿ ਵੈਕਸੀਨ ਹੁੰਦੀ ਹੈ ਸ਼ੇਵਿੰਗ ਹੁੰਦੀ ਹੈ ਟ੍ਰੈਡਿੰਗ ਹੁੰਦੀ ਹੈ ਜਾਂ ਐਪੀਲੇਸ਼ਨ ਹੁੰਦੀ ਹੈ ਸੋ ਇਹਨਾਂ ਸਾਰੇ ਟੈਂਪਰਰੀ ਮੈਥਡ ਇਹਦੇ ਵਿੱਚ ਥੋੜੇ ਦਿਨਾਂ ਬਾਅਦ ਵਾਲ ਦੁਬਾਰਾ ਉਗ ਜਾਂਦੇ ਆ ਜਦੋਂ ਆਪਾਂ ਵਾਰੀ-ਵਾਰੀ ਵੈਕਸਿੰਗ ਕਰਦੇ ਆ ਤਾਂ ਸਕਿਨ ਢਿਲਕ ਜਾਂਦੀ ਹੈ ਕਿਉਂਕਿ ਸਕਿਨ ਦੇ ਉੱਤੇ ਖਿਚਾ ਪੈਂਦਾ ਜਦੋਂ ਵਾਰੀ-ਵਾਰੀ ਸ਼ੇਵਿੰਗ ਕਰਦੇ ਆ ਤਾਂ ਸਕਿਨ ਥੋੜੀ ਜਿਹੀ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਅੰਡਰ ਆਰਮਸ ਤੇ ਬਿਕਨੀ ਏਰੀਆ ਤੇ ਦੇਖਦੇ ਆ ਕਿਉਂਕਿ ਰਗੜ ਲੱਗਦੀ ਹੈ ਤੇ ਉਹ ਕਾਲੇ ਹੋ ਜਾਂਦੇ ਆ ਲੇਡੀਜ਼ ਦੀ ਸਕਿਨ ਵੈਸੇ ਵੀ ਸੌਫਟ ਹੁੰਦੀ ਹੈ ਤੇ ਉਹ ਜਲਦੀ ਕਾਲੀ ਹੁੰਦੀ ਹੈ ਔਰ ਕਿਉਂਕਿ ਵਿੱਚ ਵਾਜ ਝਾਗਦੇ ਥੋੜੇ ਬਤੇ ਦੇਖੋ ਮੈਂ ਹੁਣੇ ਇੱਕ ਘੰਟਾ ਪਹਿਲਾਂ ਸ਼ੇਵ ਕੀਤੀ ਹੈ ਤਾਂ ਵੀ ਮੇਰੇ ਵਾਲ ਵਿੱਚੋਂ ਦਿਖ ਰਹੇ ਆ ਸੋ ਸ਼ੇਵਿੰਗ ਦੇ ਨਾਲ ਵੀ ਵਾਲ ਦਿਖਦੇ ਰਹਿੰਦੇ ਆ ਤਾਂ ਵੀ ਚਿਹਰਾ ਥੋੜਾ ਜਿਹਾ ਕਾਲਾ ਲੱਗਦਾ ਔਰ ਉੰਦੀ ਅਦਰ ਹੈਂਡ ਲੇਜ਼ਰ ਹੈਅਰ ਮੋਲ ਦੇ ਨਾਲ ਤਾਂ ਜੜੋਂ ਹੀ ਵਾਲ ਖਤਮ ਹੋ ਜਾਂਦੇ ਜਦੋਂ ਜੜ ਹੀ ਖਤਮ ਹੋ ਗਈ ਤਾਂ ਨਾ ਵਾਲ ਗਰੋ ਕਰੇਗਾ ਨਾ ਦਿਖੇਗਾ ਨਾ ਬਾਹਰ ਆਏਗਾ ਸੋ ਇਹਦੇ ਚ ਟਾਈਮ ਜ਼ਰੂਰ ਲੱਗ ਜਾਂਦਾ 5 6 ਸੈਟਿੰਗਸ ਘੱਟੋ ਘੱਟ ਲੱਗ ਜਾਂਦੀ ਹੈ ਕਈਆਂ ਦੇ 8 10 ਤੱਕ ਲੱਗ ਜਾਂਦੀਆਂ ਬਟ ਰਿਜ਼ਲਟ ਜਿਹੜਾ ਹੈਗਾ ਪਰਮਾਨੈਂਟ ਹੁੰਦਾ ਕੁਝ ਸਾਲਾਂ ਬਾਅਦ ਹੋ ਸਕਦਾ ਇੱਕ 10 ਨਵਾਂ ਵਾਲ ਕੋ ਯੋਗਿਆ ਹੋਵੇ ਤੋਂ ਉਹਨੂੰ ਅਸੀਂ ਮੈਂਟੇਨੈਂਸਿੰਗ ਚ ਖਤਮ ਕਰਵਾ ਸਕਦੇ ਸੋ ਲੇਜ਼ਰਾਂ ਬਾਰੇ ਜਾਣਕਾਰੀ ਦੇਵਾਂ ਕਈ ਤਰ੍ਹਾਂ ਦੇ ਲੇਜ਼ਰਾਂ ਯੂਜ਼ ਹੁੰਦੀ ਹੈ ਲੇਜ਼ਰ ਹੇਅਰ ਰਿਡਕਸ਼ਨ ਚ ਜਿਵੇਂ ਕਿ ਪਹਿਲੀ ਲੇਜ਼ਰ ਸਾਡੀ ਹੈਗੀ ਹੈ ਆਈਪੀਐਲ ਲੇਜ਼ਰ ਇਹਨੂੰ ਇੰਟੈਂਸ ਪਲਸ ਲਾਈਟ ਕਹਿੰਦੇ ਆ ਤੁਸੀਂ ਦੇਖ ਰਹੇ ਹੋਗੇ ਇਹਦਾ ਇੱਕ ਬਹੁਤ ਵੱਡਾ ਸਾਰਾ ਲੈਂਸ ਹੈਗਾ ਇਹਦੇ ਵਿੱਚੋਂ ਲੈਂਸ ਦੇ ਵਿੱਚੋਂ ਲਾਈਟ ਬਾਹਰ ਆਂਦੀ ਹੈ ਔਰ ਉਹ ਹੇਅਰ ਫੋਲਿਕਲ ਦੀ ਜੜ ਦੇ ਵਿੱਚ ਜਾ ਕੇ ਹੇਅਰ ਫੋਲਿਕਲ ਨੂੰ ਖਤਮ ਕਰਦੀ ਹੈ ਦੂਸਰੀ ਸਾਡੀ ਤੁਸੀਂ ਦੇਖ ਰਹੇ ਹੋਗੇ ਪਿਸਤੌਲ ਵਰਗੀ ਹੈਗੀ ਹੈ ਇਹਨੂੰ ਐਨਡੀਜੈਗ ਲੇਜ਼ਰ ਕਹਿੰਦੇ ਆ ਔਰ ਇਹ ਜਿਹੜੇ ਡਾਰਕ ਸਕਿਨ ਪੀਪਲ ਹੁੰਦੇ ਆ ਜਾਂ ਜਿਨ੍ਹਾਂ ਦੇ ਬਰੀਕ ਜਗ੍ਹਾ ਤੇ ਆਪਾਂ ਕਰਨੇ ਹੁੰਦੇ ਆ ਜਿਵੇਂ ਕਿ ਆਈਬ੍ਰੋ ਹੈਗੀ ਹੈ ਨੋਜ਼ ਹੈਗੀ ਹੈ ਈਅਰ ਹੈਗੀ ਹੈ ਜਾਂ ਕੋਈ ਇਹੋ ਜਿਹੀ ਜਗ੍ਹਾ ਤੇ ਕਰਨੀ ਹੈ ਜਿੱਥੇ ਬਰੀਕੀ ਦਾ ਕੰਮ ਹੈਗਾ ਉੱਥੇ ਅਸੀਂ ਇਹਨੂੰ ਜ਼ਿਆਦਾ ਯੂਜ਼ ਕਰਦੇ ਆ ਸੋ ਇਹ ਹੇਅਰ ਰਿਮੂਵਲ ਦੇ ਨਾਲ ਨਾਲ ਟੈਟੂ ਰਿਮੂਵਲ ਵੀ ਕਰਦੀ ਹੈ ਦਾਗ ਜਿਹੜੇ ਬਰਥ ਮਾਰਕ ਹੁੰਦੇ ਜਿਹਨੂੰ ਲਸਣ ਕਹਿੰਦੇ ਆ ਆਪਾਂ ਲਸਣ ਵੀ ਦੂਰ ਕਰਦੀ ਹੈ ਜਾਂ ਕੋਈ ਸੱਟ ਦਾ ਟਾਂਕਿਆਂ ਦਾ ਨਿਸ਼ਾਨ ਹੈਗਾ ਉਹਨੂੰ ਵੀ ਦੂਰ ਕਰਦੀ ਹੈ ਤੀਸਰੀ ਜਿਹੜੀ ਸਭ ਤੋਂ ਬੈਸਟ 레이జర్ ਹੈਗੀ ਹੈ ਉਹ ਡਾਇਡ ਸਿਲਕ 레이జర్ ਹੈਗੀ ਹੈ ਇਹ ਡਾਇਡ ਸਿਲਕ 레이జర్ ਐਸੇ ਕਰਕੇ ਸਿਲਕ ਨੂੰ ਕਹਿੰਦੇ ਐ ਕਿਉਂਕਿ ਸਕਿਨ ਦੇ ਉੱਤੇ ਬੜੀ ਸਿਲਕ ਵਾਂਗੂ ਸੌਫਟ ਹੈਗੀ ਹੈ ਸਕਿਨ ਦੇ ਉੱਤੇ ਕੋਈ ਹਾਰਸ਼ ਇਫੈਕਟ ਨਹੀਂ ਆਂਦਾ ਸਕਿਨ ਦੇ ਉੱਤੇ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ ਆਂਦੀ ਕੋਈ ਜਲਾਉਂਦੀ ਨਹੀਂ ਸਕਿਨ ਦੇ ਉੱਤੇ ਕੋਈ ਛਾਲੇ ਨਹੀਂ ਪੈਣ ਦਿੰਦੀ ਕੋਈ ਸਕਿਨ ਨੂੰ ਕਾਲਾ ਨਹੀਂ ਕਰਦੀ ਔਰ 레이జర్ ਬਾਰੇ ਕਈ ਲੋਕਾਂ ਦੀ ਕਈ ਭਰਾਂਤੀਆਂ ਹੈਗੀਆਂ ਆ ਲੇਜ਼ਰ ਬਾਰੇ ਕਈ ਲੋਕਾਂ ਦੀ ਪ੍ਰਾਂਤਿ ਹੈ ਕਿ ਕੀ ਇਹ ਲੇਜ਼ਰ ਸਕਿਨ ਦੇ ਉੱਤੇ ਕੈਂਸਰ ਕਰ ਦਿੰਦੀ ਹੈ ਜੀ ਨਹੀਂ ਬਿਲਕੁਲ ਇਹ ਮਿਥ ਹੈ ਗਿਆ ਇਸ ਲੇਜ਼ਰ ਦੇ ਨਾਲ ਬਿਲਕੁਲ ਸੱਚ ਹੈ ਸਕਿਨ ਦੇ ਉੱਤੇ ਕੈਂਸਰ ਨਹੀਂ ਹੁੰਦਾ ਕਿਉਂਕਿ ਇਹ ਸਿਰਫ ਲਾਈਟ ਹੈਗੀ ਹੈ ਹੋਰ ਕੁਝ ਨਹੀਂ ਹੈਗਾ ਲਾਈਟ ਨੇ ਸਿਰਫ ਕਰੋਮੋਫੋਬ ਜਿਹੜਾ ਹੈਗਾ ਜਿਹੜਾ ਡਾਰਕ ਫੋਲਿਕਲ ਹੈਗਾ ਉੱਥੇ ਹੀ ਜਾ ਕੇ ਇਫੈਕਟ ਕਰਨਾ ਹੈ ਔਰ ਉਹਨੂੰ ਡਿਸਟਰੋਏ ਕਰਨਾ ਹੈ ਵਾਲ ਦੀ ਜੜ ਦੇ ਉੱਤੇ ਕੰਮ ਕਰਦੀ ਸਕਿਨ ਦੇ ਉੱਤੇ ਕੰਮ ਨਹੀਂ ਕਰਦੀ ਨੰਬਰ 2 ਨਾਏ ਸਕਿਨ ਨੂੰ ਕਾਲਾ ਕਰਦੀ ਹੈ ਨਾਈਆਂ ਦੇ ਨਾਲ ਕੋਈ ਸਕਿਨ ਕਾਲੀ ਹੁੰਦੀ ਹੈ ਢਿੱਲੀ ਨਹੀਂ ਪੈਂਦੀ ਨਾ ਕੋਈ ਉਹ ਹੁੰਦੀ ਹੈ ਉਹ ਵੈਕਸਿੰਗ ਤੇ ਸ਼ੇਵਿੰਗ ਦੇ ਨਾਲ ਇਹ ਕੰਮ ਹੁੰਦੇ ਆ ਲੇਜ਼ਰ ਇਜ਼ ਵੈਰੀ ਸੇਫ ਐਸ ਵਾਈ ਜਿਹਾ ਪਾ ਦੇਖੀਦਾ ਕਾਫੀ ਸੇਫ ਹੈਗੀ ਹੈ ਔਰ 8-10 ਵਾਰੀ ਮੈਕਸਿਮਮ ਕਰਾਣੀ ਪੈ ਸਕਦੀ ਹੈ 6 ਤੋਂ 8 ਵਾਰੀ ਚ ਆਮ ਤੌਰ ਤੇ ਰਿਜ਼ਲਟ ਆ ਜਾਂਦਾ ਹੈ ਔਰ ਹੋ ਸਕਦਾ ਤੁਹਾਨੂੰ 2 ਸਾਲ ਸਾਲ ਬਾਅਦ ਇੱਕ ਅੱਧੀ ਕੋਈ ਮੇਨਟੇਨੈਂਸ ਸੈਟਿੰਗ ਵੀ ਲੈਣੀ ਪੈ ਸਕੇ ਸੋ ਲੌਂਗ ਟਰਮ ਚ ਦੇਖਿਆ ਜਾਵੇ ਤਾਂ ਇਹ ਸਭ ਤੋਂ ਸਸਤੀ ਪੈਂਦੀ ਹੈ ਔਰ ਸਭ ਤੋਂ ਜਦੋਂ ਵੀ ਖਤਮ ਹੁੰਦਾ ਨਾ ਬਾਰ ਬਾਰ ਜਾਣਾ ਆਉਣਾ ਕਿਤੇ ਬਾਹਰ ਕਿਸੇ ਪਾਰਟੀ ਚ ਜਾਣਾ ਜਾਂ ਕਿਤੇ ਬਾਹਰ ਜਾਣਾ ਤੇ ਉਸ ਤੋਂ ਪਹਿਲਾਂ ਆਪਾਂ ਨੂੰ ਕਿਸੇ ਕੋਲ ਜਾ ਕੇ ਵੈਕਸੀਨ ਕਰਾਣੀ ਪਊਗੀ ਜਾਂ ਸ਼ੇਵਿੰਗ ਕਰਨੀ ਪਊਗੀ ਮੱਥਾ ਮਾਰਨਾ ਪੈਂਦਾ ਉਸ ਚੀਜ਼ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਪਰਮਾਨੈਂਟ ਹੱਲ ਹੋ ਜਾਂਦਾ ਸੋ ਇਹ ਸੀ ਲੇਜ਼ਰ ਬਾਰੇ ਜਾਣਕਾਰੀ ਲੇਜ਼ਰ ਹੈਅ ਰਿਡਕਸ਼ਨ ਬਾਰੇ ਜਾਣਕਾਰੀ ਮੈਂ ਡਾਕਟਰ ਸ਼ਾਮਸੁੰਦਰ ਗੋਇਲ ਕਾਇਕਲਾ ਪਲੇਜ਼ਰ ਕਲੀਨਿਕ ਪਠੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਤੋਂ ਗੱਲ ਕਰ ਰਿਹਾ ਸਾਡੀ ਹੋਰ ਕੋਈ ਬ੍ਰਾਂਚ ਨਹੀਂ ਹੈਗੀ ਜੇ ਤੁਸੀਂ ਆਪਣਾ ਇਲਾਜ ਕਰਾਣਾ ਹੈ ਜਾਂ ਉਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਪਲੀਜ਼ ਸਾਡੇ ਕੋਲ ਆ ਕੇ ਸਾਡੇ ਨਾਲ ਗੱਲ ਕਰੋ ਅਸੀਂ ਫੋਨ ਤੇ ਜਾਣਕਾਰੀ ਨਹੀਂ ਦੇ ਪਾਵਾਂਗੇ ਥੈਂਕ ਯੂ